ਹੈਲੋ ਦੋਸਤੋ ਪੰਜਾਬ ਨੈਸ਼ਨਲ ਬੈਂਕ ਵਿੱਚ ਪੀਐਨ ਦੀ ਵੈਕੈਂਸੀ ਆ ਚੁੱਕੀ ਆ ਕਪੂਰਥਾਲੇ ਜ਼ਿਲ੍ਹੇ ਦੀ ਤੇ ਜਿਹੜੇ ਵੀ ਕਪੂਰਥਾਲੇ ਜ਼ਿਲ੍ਹੇ ਦਾ ਸੰਬੰਧ ਤੁਹਾਡੀ ਉਹ ਅਪਲਾਈ ਕਰ ਸਕਦੇ ਆ ਤੇ ਕਿੱਦਾਂ ਅਪਲਾਈ ਕਰਨਾ ਵਾ ਕੀ ਕੀ ਕੁਆਲਿਫੀਕੇਸ਼ਨ ਆ ਕੀ ਡਾਕੂਮੈਂਟ ਚਾਹੀਦੇ ਆ ਜੀ ਉਹ ਦੱਸਾਂਗਾ ਜੀ ਬਾਕੀ ਮੈਂ ਪਹਿਲਾਂ ਗੱਲ ਦੱਸਦਾ ਜੀ ਜਿਹੜਾ ਅਪਲਾਈ ਹੋਣਾ ਜੀ ਤੁਸੀਂ ਆਪਣੇ ਡਿਜੀਟਲ ਰੋਜ਼ਗਾਰ ਬਿਊਰੋ ਜਾ ਕੇ ਆਪਣਾ ਮਿਲ ਕੇ ਅਪਲਾਈ ਕਰਨਾ ਜੀ ਇਸ ਫਾਰਮ ਲਈ ਤੇ ਜਿਹੜੇ ਵੀ ਅਪਲਾਈ ਕਰਨਾ ਚਾਹੁੰਦੇ ਆ ਬਾਕੀ ਇਹ ਗਵਰਨਮੈਂਟ ਜੌਬ ਆ ਜੀ ਕਿੰਨੀ ਤੁਹਾਨੂੰ ਪੇ ਮਿਲਣੀ ਇਹ ਵੀ ਦੱਸਾਂਗਾ ਜੀ ਪੇ ਵੀ ਵਧੀਆ ਵਾ ਜਿਹੜੇ ਵੀ ਅਪਲਾਈ ਕਰਨਾ ਚਾਹੁੰਦੇ ਆ ਕਰ ਸਕਦੇ ਆ ਤੁਹਾਡਾ ਕੋਈ ਵੀ ਐਗਜ਼ਾਮ ਨਹੀਂ ਹੋਣਾ ਤੇ ਨਾ ਕੋਈ ਇੰਟਰਵਿਊ ਨਹੀਂ ਆ ਲੈੜੇ ਤੇਰੇ ਨੰਬਰ ਜਾਂ ਇਹ ਦੇ ਅਕੋਰਡਿੰਗ ਹੀ ਤੁਹਾਡੀ ਸਿਲੈਕਸ਼ਨ ਹੋਣੀ ਆ ਤੇ ਕੀ ਕੀ ਡਾਕੂਮੈਂਟ ਚਾਹੀਦੇ ਆ ਕੀ ਕੀ ਰਿਕੁਆਇਰਮੈਂਟ ਆਪਾਂ ਗੱਲ ਕਰਦੇ ਆ ਜੀ ਪਹਿਲਾਂ ਤਾਂ ਉਹਨਾਂ ਨੇ ਆਪਣਾ ਐਡਰੈਸ ਦੱਸਿਆ ਜੀ ਪੰਜਾਬ ਨੈਸ਼ਨਲ ਬੈਂਕ ਸਰਕਲ ਆਫਿਸ ਪੰਜਾਬ ਨੈਸ਼ਨਲ ਹਾਊਸ ਸੈਕੰਡ ਫਲੋਰ ਸ਼ਹਿਰ ਹੈਗਾ ਸੰਤ ਨਾਰਾਇਣ ਬਾਜ਼ਾਰ ਕਪੂਰਥਲਾ ਪਿੰਨ ਕੋਡ ਹੈਗਾ ਦੱਸਿਆ ਜੀ 144601 ਠੀਕ ਆ ਪੰਜਾਬ ਇਹ ਕਿ ਜੇ ਤੁਹਾਨੂੰ ਰਜਿਸਟ੍ਰੇਸ਼ਨ ਬਿਊਰੋ ਵਾਲੇ ਕਹਿੰਦੇ ਆ ਜੀ ਤੁਸੀਂ ਆ ਫਾਰਮ ਭਰ ਦੇ ਦਿੰਦੇ ਆ ਕਿ ਤੁਸੀਂ ਆਪ ਜਾ ਕੇ ਜਮ੍ਹਾਂ ਕਰਾਓ ਜਾਂ ਸਪੀਡ ਪੋਸਟ ਕਰ ਦਿਓ ਤਾਂ ਤੁਹਾਨੂੰ ਆ ਡਰੈੱਸ ਪਤਾ ਹੋਵੇ ਕਿ ਇੱਥੇ ਪੋਸਟ ਕਰਨਾ ਜੀ ਤੇ ਬਾਕੀ ਉਹਨਾਂ ਨੇ ਨੰਬਰ ਵੀ ਦਿੱਤੇ ਹੋਇਆ ਜੀ ਜੇ ਤੁਸੀਂ ਕੋਈ ਸੰਪਰਕ ਕਰਨਾ ਚਾਹਦੇ ਹੋ ਕੋਈ ਗੱਲਬਾਤ ਤੇ ਤੁਸੀਂ ਗੱਲ ਕਰ ਸਕਦੇ ਹੋ ਤੇ ਵੈਕੈਂਸੀ ਆ ਜੀ ਪੀਐਨ ਦੀ ਤੇ ਇੱਕ ਇੱਕ 2022 ਤੱਕ ਤੁਹਾਡੀ ਕੰਪਲੀਟ ਹੋਣੀ ਚਾਹੀਦੀ ਜੀ ਪਲੱਸ 2 ਬੇਸ ਤੇ ਤੁਹਾਨੂੰ ਮਨਕੀ ਇੰਗਲਿਸ਼ ਚ ਲਿਖਣੀ ਹੈ ਤੇ ਬੋਲਣੀ ਆਉਣੀ ਚਾਹੀਦੀ ਆ ਜੀ ਮਨ ਲਕੀ ਸਮਝ ਸਕਦੇ ਹੋ ਤਾਂ ਲਿਖ ਸਕਦੇ ਹੋ ਮਨ ਲਕੀ ਬੇਸਿਕ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਇੰਗਲਿਸ਼ ਦੀ ਤੇ ਪਲਸ 2 ਪਾਸ ਵਾਲਾ ਹੀ ਐਲੀਜੀਬਲ ਆ ਜੀ ਇਸ ਗੱਲ ਨੂੰ ਧਿਆਨ ਰੱਖਣਾ ਜੀ ਤੇ ਇਹ ਦੀ ਗੱਲ ਕਰਦੇ ਹਾਂ 18 ਤੋਂ ਲੈ ਕੇ 24 ਸਾਲ ਏਜ ਆ ਜੀ 1 1 2022 ਤੱਕ ਬਾਕੀ ਜਿਹੜੇ ਐਸ ਸੀ ਐਸ ٹی ਓ ਬੀ ਸੀ ਜਾਂ ਹੈਗੇ ਰੀਐਕਸਰਿਸਮੈਨ ਉਹਨਾਂ ਨੂੰ ਸਰਕਾਰ ਵਾਲੇ ਛੋਟ ਮਿਲਦੀ ਆ ਜੀ ਉਹ ਦਿੱਤੀ ਜਾਊਗੀ ਜਿੱਦਾਂ ਮੰਨ ਲਓ ਕਿ ਇੱਕ ਗੱਲ ਇਹ ਦੇ ਵਿੱਚ ਇਹ ਦੱਸਾਂ ਕਿ ਇਹ ਦੇ ਵਿੱਚ ਔਮਨ ਐਲੀਜੀਬਲ ਨਹੀਂ ਆ ਇਸ ਗੱਲ ਨੂੰ ਧਿਆਨ ਰੱਖਣਾ ਕਿ ਕਿਸੇ ਦੇ ਵਿੱਚ ਕੁੜੀਆਂ ਅਪਲਾਈ ਕਰ ਸਕਦੀਆਂ ਕਿਸੇ ਵਿੱਚ ਨਹੀਂ ਕਰ ਸਕਦੀਆਂ ਤੇ ਕੈਟਾਗਰੀ ਦੇ ਅਕੋਰਡਿੰਗ ਇਹ ਦੇ ਵਿੱਚ ਛੋਟ ਦਿੱਤੀ ਜਾਂਦੀ ਹੈ ਜੀ ਆ ਜੀ ਐਸਸੀ ਐਸਟੀ ਨੂੰ 5 ਸਾਲ ਦੀ ਜੇ ਕੋਈ ਹੈਗਾ ਜੀ ਹੈਂਡੀਕੈਪ ਆ ਐਸਵੀਐਸਟੀ ਉਹਨੂੰ 15 ਸਾਲ ਦੀ ਛੋਟ ਓਬੀਸੀ ਨੂੰ 3 ਸਾਲ ਦੀ ਤੇ ਓਬੀਸੀ ਜਿਹੜਾ ਹੈਂਡੀਕੈਪ ਆ ਜੀ 13 ਸਾਲ ਦੀ ਤੇ ਜਿਹੜਾ ਫਿਜ਼ੀਕਲ ਹੈਂਡੀਕੈਪ ਆ ਜੀ ਹੁਣ 10 ਸਾਲ ਦੀ ਜਿਹੜਾ ਐਕਸਰਿਸ ਮੈਨ ਇਹਦੇ ਨੂੰ 3 ਸਾਲ ਤੋਂ ਵੱਧ ਨਾ ਹੋਏ ਹੁਣ ਕਿਉਂਕਿ ਰਿਟਾਇਰਮੈਂਟ ਲੈ ਇਹਨੂੰ ਤੇ ਇਹ ਆ ਕਿ ਇਹਦੇ ਇਹ ਛੋਟ ਦਾ ਮਤਲਬ ਹੁੰਦਾ ਕਿ ਉਹ ਹੋਰ ਅਪਲਾਈ ਕਰ ਸਕਦਾ ਇੰਨੇ ਟਾਈਮ ਤੱਕ ਜੀ ਤਾਂ ਮਤਲਬ 24 ਸਾਲਾਂ ਜੀ ਤੇ ਜਿੰਨੇ ਸਾਲ ਦੀ ਛੋਟ ਹੈ ਜੀ ਉਹਨੂੰ ਪਲੱਸ ਕਰੀ ਜਾਓ ਉਹਨੇ ਤੱਕ ਅਪਲਾਈ ਕਰ ਸਕਦਾ ਇੰਨੀ ਡੇਡ ਵਾਲੇ ਤੱਕ ਤੇ ਵੈਕੈਂਸੀ ਦੀ ਗੱਲ ਕੀਤੀ ਗਈ ਆ ਜੀ ਠੀਕ ਆ ਜੀ ਨਾਲ ਇਹ ਗਈ ਆ ਕਿ ਐਕਸਰਸਮੈਨ ਦੀ ਉਮਰ 45 ਸਾਲ ਤੋਂ ਵੱਧ ਨਹੀਂ ਚਾਹੀਦੀ 1 ਜਨਵਰੀ 2022 ਤੱਕ ਇਸ ਗੱਲ ਨੂੰ ਧਿਆਨ ਰੱਖਣਾ ਜੀ ਤੇ ਰੈਗੂਲਰ ਭਰਤੀ ਆ ਤੇ ਐਸਸੀ ਦੀਆਂ ਦੋ ਸੀਟਾਂ ਜੀ ਤੇ ਉਹ ਸਾਰੀ ਤਿੰਨ ਸੀਟਾਂ ਆ ਜੀ ਤੇ ਐਸਟੀ ਦੀਆਂ ਕੋਈ ਨਹੀਂ ਤੇ ਓਬੀਸੀ ਦੀ ਇੱਕ ਹੈਗੀ ਆ ਜੀ ਪੋਸਟ ਈਡਬਲਯੂਐਸ ਦੀ ਇੱਕ ਤੇ ਅਨਰਸਰਵਡ ਦੀ ਤਿੰਨ ਪੋਸਟਾਂ ਤੇ ਟੋਟਲ 8 ਵੈਕੈਂਸੀਆਂ ਨੇ ਉਹਦੇ ਵਿੱਚੋਂ ਜਿਹੜੀ ਇੱਕ ਵੈਕੈਂਸੀ ਆ ਜੀ ਐਕਸਰਾਈਜ਼ਮੈਨ ਨੂੰ ਦਿੱਤੀ ਜਾਊਗੀ ਜੀ ਠੀਕ ਆ ਜੀ ਇੱਕ ਹੈਂਡੀਕੈਪ ਨੂੰ ਤੇ ਬਾਕੀ ਆ ਕਿ ਹੋਰ ਕੀ ਕੀ ਰਿਕੁਆਇਰਮੈਂਟ ਆ ਕਿਹੜੇ ਡਾਕੂਮੈਂਟ ਚਾਹੀਦੇ ਹੋਗੇ ਤਾਂ ਮੈਂ ਦੱਸਦਾ ਹਾਂ ਜੀ ਤੇ ਇਹਦੇ ਵਿੱਚ ਤੁਹਾਨੂੰ ਜਿਹੜੀ ਪੇ ਮਿਲਣੀ ਆ ਜੀ 14500 ਤੋਂ ਸਟਾਰਟ ਹੋ ਜਾਣਾ ਤੁਹਾਡੀ ਪੇ ਤੇ 28145 ਚੱਲ ਜਾਣਾ ਜੀ ਤੇ ਕਪੂਰਥਲੇ ਡਿਸਟ੍ਰਿਕਟ ਦੇ ਆਈ ਹੋਈ ਆ ਤੇ ਜਿਹੜੇ ਡਿਸਟ੍ਰਿਕਟ ਦੀ ਹਲੇ ਨਹੀਂ ਵੈਕੈਂਸੀ ਆਈ ਮਨ ਕੇ ਨੋਟੀਫਿਕੇਸ਼ਨ ਅਖਬਾਰ ਦੇ ਵਿੱਚ ਨਹੀਂ ਆਇਆ ਜੇ ਉਹ ਆਪਣੇ ਰੋਜ਼ਗਾਰ ਬਿਊਰੋ ਜਾ ਕੇ ਮਨ ਕੇ ਇਹ ਕਦੀ ਸੰਪਰਕ ਕਰਨਾ ਕਿਉਂਕਿ ਇੱਕ ਸੱਧੀਆਂ ਹੀ ਨੋਟੀਫਿਕੇਸ਼ਨ ਤੁਹਾਡੇ ਰੋਜ਼ਗਾਰ ਬਿਊਰੋ ਚੱਲ ਗਿਆ ਦੀ ਕਈਆਂ ਡਿਸਟ੍ਰਿਕਟ ਦੀਆਂ ਤੇ ਜਿੱਦਾਂ ਮਨ ਕੇ ਕਪੂਰਥਲੇ ਸਿੱਧੇ ਡਿਸਟ੍ਰਿਕਟ ਚ ਦੇਖਤੀ ਆ ਮਨ ਕੇ ਐਡਵਰਟਾਈਜ਼ਮੈਂਟ ਅਖਬਾਰ ਚ ਨਹੀਂ ਦਿੱਤਾ ਜਿੱਦਾਂ ਪਹਿਲੀਆਂ ਕਈ ਡਿਸਟ੍ਰਿਕਟ ਦਾ ਦਿੱਤਾ ਗਿਆ ਸੀ ਜੀ ਤੇ ਬਾਕੀ ਇਹਦੇ ਲਈ ਡਾਕੂਮੈਂਟ ਤੁਹਾਡੇ ਕਿਹੜੇ ਕਿਹੜੇ ਚਾਹੀਦੇ ਆ ਜੀ ਆਪ ਦੱਸਿਆ ਜੀ ਪ੍ਰੂਫ ਆਫ ਡਾਕੂਮੈਂਟ ਤੇ ਜੇ ਸਕੂਲ ਲੀਵਿੰਗ ਸਰਟੀਫਿਕੇਟ ਵੀ ਲਾ ਸਕਦੇ ਹੋ ਜੀ ਤੇ ਮਾਰਕਸ਼ੀਟ ਮਨਕੀ 10ਵੀਂ ਦੇ ਪਲੱਸ 2 ਦੀ ਫੋਟੋਕਾਪੀ ਖੜਨੀ ਆ ਆਪਣੇ ਰੀਜ਼ਨਲ ਵੀ ਲੈ ਜਾਓ ਕਿ ਆ ਦੇਖ ਦੇ ਲੈ ਵੰਦੇ ਆ ਨਾਲੇ ਜੇ ਜਿਨਾਂ ਦੇ ਉਜਗਾਰ ਬੀਰ ਰਜਿਸਟ੍ਰੇਸ਼ਨ ਨਹੀਂ ਹੋਈ ਉਹ ਆਪਣੀ ਕਰਾ ਸਕਦੇ ਆ ਆਪਣਾ ਆਕਾ ਸਰਟੀਫਿਕੇਟ ਖੜਨਾ ਜੀ ਠੀਕ ਆ ਜੀ ਤੇ ਜਿਹੜੇ ਹੈਂਡੀਕੈਪ ਪਰਸਨ ਆ ਜੋ ਡਿਸੇਬਲ ਦਾ ਸਰਟੀਫਿਕੇਟ ਖੜਨਗੇ ਜੀ ਹੈਂਡੀਕੈਪ ਵਾਲਾ ਜਿਹੜੇ ਐਕਸਰਿਸਮੈਨ ਆ ਜੋ ਪੀਪਓ ਐਲਪੀਸੀ ਦੀ ਮਨਕੀ ਫੋਟੋਕਾਪੀ ਖੜਨਗੇ ਤੇ ਇੱਕ ਆਪਣੀ ਫੋਟੋ ਖੜਨੀ ਆ ਜੀ ਰੀਸੈਂਟ ਵਾਲੀ ਤੇ ਮੋਬਾਈਲ ਨੰਬਰ ਕੈਂਡੀਡੇਟ ਦਾ ਤੇ ਬਾਕੀ ਹੈ ਕਿ ਜੇ ਤੋਂ এমਪਲਾਈਮੈਂਟ ਐਕਸਚੇਂਜ ਨੰਬਰ ਹੈਗਾ ਜੀ ਉਹਨੂੰ ਮਨਨ ਕੀ ਡੋਮਿਸਾਈਲ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ ਜੇ ਮਨਲਾ ਨਹੀਂ ਹੈਗਾ ਠੀਕ ਆ ਕੋਈ ਗੇਰ ਬੰਦ ਆਣੀ ਆ ਤੇ ਬਾਕੀ ਹੈ ਕਿ ਤੁਸੀਂ ਜਿਹੜਾ ਅਪਲਾਈ ਕਰਨਾ ਜੀ ਆਪਣੇ ਡਿਸਟ੍ਰਿਕਟ ਗਾਰਡ ਬਿਊਰੋ ਜਾ ਕੇ ਕਰਾ ਸਕਦੇ ਹੋ ਕਿਉਂਕਿ ਉਹਨਾਂ ਉੱਥੇ ਤੁਹਾਨੂੰ ਫਾਰਮ ਦੇਣਾ ਉੱਥੇ ਤੁਸੀਂ ਫਾਰਮ ਭਰ ਕੇ ਆਪਣੇ ਦੇ ਡਾਕੂਮੈਂਟ ਆ ਜੀ ਫੋਟੋਕਾਪੀਆਂ ਅਟੈਚ ਕਰਕੇ ਜੇ ਤਾਂ ਉਹ ਆਪ ਪੋਸਟ ਕਰ ਦੇਣਗੇ ਮਨਨ ਕੀ ਆਪ ਜਾ ਕੇ ਫੜਾ ਦੇਣਗੇ ਫਿਰ ਤਾਂ ਵਧੀਆ ਗੱਲ ਹੈ ਨਹੀਂ ਤਾਂ ਤੁਹਾਨੂੰ ਦੱਸ ਦੇਣਗੇ ਤੁਸੀਂ ਸਪੀਡ ਪੋਸਟ ਤੇ ਜਾਮਨ ਕੀ ਫੋ ਠੀਕ ਹੈ ਜੀ ਤੇ ਬਾਕੀ ਜਿੱਦਾਂ ਵੀ ਤੁਹਾਨੂੰ ਦੱਸ ਦਿਆ ਜੀ ਤੇ ای ਡਬਲ ਯੂ ਐਸ ਵਾਲੇ ਜੀ ਉਹ ਵੀ ਆਪਣਾ ਸਰਟੀਫਿਕੇਟ ਲਾਉਣਗੇ ਬਾਕੀ ਤੁਸੀਂ ਆਪਣਾ ਜਿਹੜੇ ਵੀ ਕਪੂਰਧਾਨ ਜਿਹੜੇ ਨਾਲ ਡਿਸਟ੍ਰਿਕਟ ਨਾਲ ਸੰਬੰਧਿਤ ਰਾ ਜੀ ਉਹ ਆਪਣੇ ਡਿਸਟ੍ਰਿਕਟ ਜਾ ਕੇ ਰੋਜ਼ਗਾਰ ਬਿਊਰੋ ਉੱਥੇ ਜਾ ਕੇ ਆਪਣੀ ਅਪਲਾਈ ਕਰਨਗੇ ਫਾਰਮ ਤੇ ਜਿਹੜੇ ਦੂਜੇ ਡਿਸਟ੍ਰਿਕਟ ਵਾਲੇ ਆ ਜੀ ਉਹ ਵੀ ਆਪਣੇ ਰੋਜ਼ਗਾਰ ਬਿਊਰੋ ਸੰਪਰਕ ਕਰਨ ਤਾਂ ਜੋ ਪਤਾ ਲੱਗਦੇ ਕਿ ਤੁਹਾਡੇ ਵੀ ਕਿਤੇ ਵੈਕੈਂਸੀ ਆ ਰਹੀ ਆ ਕਈਆਂ ਦਾ ਨੋਟੀਫਿਕੇਸ਼ਨ ਆ ਚੁੱਕਿਆ ਜੀ ਰੋਜ਼ਗਾਰ ਬਿਊਰੋ ਦੇ ਅੰਦਰ ਇਸ ਕਰਕੇ ਉਹਨਾਂ ਨਾਲ ਸੰਪਰਕ ਕਰੋ ਜੀ